ਇਹ ਮੈਂ ਹੁਣ ਨਨਕਾਣੇ ਜਾ ਕੇ ਨਾ ਕਿਸੇ ਨਾਲ ਰਾਬਤਾ ਕਰਾਂ, ਕਿਉਂਕਿ ਇਹ ਖਤ ਜਿਹੜਾ ਨਾ ਇਹਦੇ ਉੱਤੇ ਲਿਖਿਆ ਤੁਹਾਡਾ ਰਾਬਤਾ ਇਨਸ਼ਾਅੱਲਾ ਹੋਏਗਾ। ਅੱਛਾ ਜੀ, ਲਾਜ਼ਮ ਹੋ ਜਾਏਗਾ। ਜਿਹੜਾ ਸਿੱਖ ਗੁਆਂਢੀ ਗੁਣੀ ਆ ਨਾਲ ਦੇ ਪਿੰਡਾਂ ਸਨ, ਬਿਲਕੁਲ ਉਹਨਾਂ ਨਾਲ ਮੁਸਲਮਾਨਾਂ ਨਾਲ ਵਰਤਾਓ ਕਿਵੇਂ ਦਾ ਹੁੰਦਾ? ਸਲੂਕ ਨਾਲ। ਹਾਂ ਬਿਲਕੁਲ, ਉਹਨੇ ਕਿਹਾ ਗਮੀਆਂ ਛਾਤੀਆਂ ਤੇ ਆਣ ਕੇ ਉਹਨਾਂ ਬਹਿਣਾ। ਅੱਛਾ, ਯਾਨੀ ਤੁਹਾਡੀ ਗਮੀ ਵਿੱਚ ਰਲਦੇ ਸਾਂ? ਬਿਲਕੁਲ, ਗਮੀ ਵੀ ਛਾਤੀ ਬਲਾਗ ਵਿੱਚ ਬਾਂਦੇ ਸੀ ਭੈਣਾ ਭਰਾਵਾਂ ਤੁਹਾਨੂੰ। ਅੱਛਾ, ਜਿਵੇਂ ਹੁਣ ਸਲਾਮ ਦਾ ਹੁੰਦੀ ਕਿ ਨਾਲ ਬਹੁਤਾ ਬਹੁਤਾ ਭਾਵੇਂ ਉਹ ਸਿੱਖ ਸੀ ਜੋ ਕੁਝ ਵੀ ਸੀ ਉਹਨੂੰ ਨਾਲ ਮਲੂਮ ਹੀ ਨਹੀਂ ਸੀ, ਉਹ ਨਾਲ ਬਿਠਾ ਲੈਂਦੇ। ਅੱਛਾ ਅੱਛਾ, ਮੈਂ ਕਿਹਾ ਜੀ ਮਲੂਮ ਹੀ ਨਹੀਂ ਸੀ ਹੁੰਦੇ, ਉਹ ਆਉਂਦੇ ਸੀ ਵੀ ਅਸੀਂ ਲੜ ਕੇ ਬਿਲਕੁਲ ਖਾ ਵੀ ਦੇਣੇ। ਅੱਛਾ, ਇਹ ਖਤ ਕਿੰਨੇ ਪਾਇਆ ਸੀ? ਹੈ ਜੀ ਕਿਰਪਾਲ ਸਿੰਘ, ਗੁਲਦਾਨ ਸਿੰਘ, ਉਹਦੇ ਹੱਥ ਦੀ ਲਿਖਾਈ? ਹਾਂਜੀ, ਉਹਨਾਂ ਦੇ ਹੱਥ ਦੀ ਲਿਖਾਈ ਜੀ। ਲਓ ਜੀ ਖਤ ਵੀ ਹਜੇ ਸੰਭਾਲ ਕੇ ਰੱਖਿਆ ਭਾਜੀ ਨੇ। ਹਾਂਜੀ, ਇੰਨਾ ਪਿਆਰ ਹੈ ਸਿੱਖ ਸਰਦਾਰਾਂ ਨਾਲ ਆਪਣੇ ਪਿੰਡ ਦਿਆਂ ਨਾਲ। ਇੱਥੇ ਵਸਨੀਕਾਂ ਨੂੰ ਕਿਹਾ ਵੇਖੋ ਇਹਨਾਂ ਨੇ ਆਪਣੇ ਅੱਬੇ ਦੇ ਯਾਰ ਦਾ ਜਿਹੜਾ ਖਾਤੇ ਅਜੇ ਤੱਕ ਸੰਭਾਲਿਆ ਹੋਇਆ। ਯਾਤਰੀ ਕੋ ਨਾ ਗਾਉਂ ਰਤਕ, ਰਤਕ ਸਿੰਘ, ਰਤਕ ਜ਼ਿਲ੍ਹਾ ਕਰਨਾਰ, ਤਹਿਸੀਲ ਅਸਲੰਦ ਤੇ ਡਾਖਾਨਾ ਪੰਮਲਾਣਾ। ਲੈ ਵੀ ਉਹ ਮੁੰਡੇ ਸਾਨੂੰ ਬੈਠਣ ਨੂੰ ਥਾਂ ਦਿਓ। ਤੁਹਾਡਾ ਨਾਂ ਕੀ ਹੈ? ਮੁਹੰਮਦ ਅਨਸ। ਮੁਹੰਮਦ ਅਨਸ ਜੀ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? ਗੁਲਾਮ। ਗੁਲਾਮ ਮੁਹੰਮਦ। ਆਪਣੀ ਜਾਤ ਕਿਹੜੀ? ਰੰਧਾਵੇ। ਰੰਧਾਵੇ। ਪਿੰਡ ਕਿਹੜਾ ਸੀ ਇੰਡੀਆ ਵਿੱਚ? ਰੰਧਾਵਾ। ਰੰਧਾਵਾ ਤੇ ਜ਼ਿਲ੍ਹਾ? ਫਿਰੋਜ਼ਪੁਰ। ਠੀਕ ਹੋ ਗਿਆ ਬਾਬੇ। ਤੇ ਵੰਡ ਵੜੇ ਮਾਰ ਲੈਣ, ਸੋਦਾ ਲੈਣ ਇੱਥੇ ਕਸੂਰੋਂ ਆਣ ਕੇ ਲੈ ਜਾਂਦੇ। ਰਾਤ ਉੱਥੇ ਨੇ ਪਿੰਡਾਂ 'ਚ ਤੇ ਸਵੇਰੇ ਨਾ ਬਾਰਡਰ ਪਾਰ ਕਰ। ਅਗਾਂ ਇਹ ਜਿਹਨੂੰ ਮਰਜ਼ੀ ਕਿਧਰ ਟੁੱਟ ਗਿਆ, ਕਿਧਰ ਟੁੱਟ ਗਿਆ, ਕੋਈ ਕਤਲੋ ਗੜ ਤੇ ਨਹੀਂ ਆਉਂ, ਖਾਸ ਨਹੀਂ ਹੋਈ। ਅੱਛਾ ਅੱਛਾ, ਕੋਈ ਵਿਰਲੇ ਵਿਰਲੇ ਬੰਦੇ ਸੁਣਦੇ ਨਾ ਕਰ, ਇਸ ਤਰ੍ਹਾਂ ਦੇ ਕਰਕੇ ਇਹਨੇ ਕੀ ਕਿਹਾ, ਕਤਲੋ ਆਮ ਜੀ ਹੋਈ ਇਹਨਾਂ ਕੋਲ ਚਲੇ ਅੰਮ੍ਰਿਤਸਰ। ਤੁਹਾਡੇ ਵੱਡੇ ਕੰਮ ਕੀ ਕਰਦੇ ਹੱਥ ਬਾਬਾ? ਜ਼ਿਮੀਂਦਾਰ ਹਾਂ। ਕਿੰਨੀ ਕੁ ਜ਼ਮੀਨ ਸੀ ਆਪਣੀ? ਜ਼ਮੀਨ ਮੇਰੇ ਕੋਲ ਪਿੱਛੇ ਤੇ ਕਾਫੀ ਸੀ। ਅੱਛਾ, ਇੱਥੇ ਸਾਨੂੰ ਜ਼ਮੀਨ ਥੋੜੀ ਪਈ। ਅੱਛਾ, ਕਿਉਂ? ਉਹ ਦਰਿਆ ਦਾ ਇਲਾਕਾ, ਇੱਥੇ ਆਣ ਕੇ ਉਹਨੇ ਯੂਨਿਟ ਕਟਾ ਦਿੱਤੇ, 72-75 ਯੂਨਿਟ, 85 ਯੂਨਿਟਾਂ ਦੀ ਕਿਲਾ ਪਿਆ। ਅੱਛਾ ਅੱਛਾ, ਉੱਥੋਂ ਦੀ ਯੂਨਿਟ ਘੱਟ ਸੀ, ਕਿਉਂ? ਦਰਿਆ ਦਾ ਪੇੜ ਸੀ, ਹੜ੍ਹ ਪੈ ਜਾਂਦਾ। ਫਿਰ ਸਾਡੇ ਵੱਡੇ ਵਡੇਰਿਆਂ ਨੇ ਮੋਗਾ ਬੰਦ ਕਰਾ ਦਿੱਤਾ। ਅੱਛਾ, ਨਹਿਰ ਦਾ ਸਾਨੂੰ ਪਾਣੀ ਦੀ ਜ਼ਰੂਰਤ ਹੀ ਨਹੀਂ। ਪਟਵਾਰੀਆਂ ਨੇ, ਤਹਿਸੀਲਦਾਰ ਨੇ ਆਖਿਰ ਬੁਰਾ ਕੀਤਾ, ਹਿੰਦੂ ਪਟਵਾਰੀ ਮੈਨੇ ਆਖਿਰ ਬੁਰਾ ਕੀਤਾ ਜਿੰਨੇ ਸਿੱਖ। ਹੁਣ ਵੀ ਤੁਸੀਂ ਅਜੇ ਮੇਰੇ ਕੋਲ ਆਓ, ਮੈਂ ਤੁਹਾਨੂੰ ਇਹਨੂੰ ਬਾਹਰ ਕਰਾਓ, ਤੁਹਾਨੂੰ ਜ਼ਮੀਨ ਕਦੇ ਵਕਤ ਨੂੰ ਪਛਤਾਓ। ਉਹ ਥੋੜ੍ਹੇ ਚਿਰ ਪਿੱਛੇ ਉਜਾੜੇ ਪੈ ਗਏ, ਇਹ ਫਿਰ ਜਾਂਦੇ ਰਹੇ। ਹੁਣ ਮੇਰੇ ਕੋਲ ਜ਼ਮੀਨ ਹੈ ਜਿਹੜੀ ਕੋਈ ਸੀ 27-28 ਕਿੱਲੇ। ਅੱਛਾ ਬਾਬਾ ਜੀ, ਕੀ ਦੱਸਦੇ ਆਪਣੇ ਵੱਡੇ ਉੱਥੇ ਆਪਣਾ ਖੂਹ ਹੋਇਆ ਸੀ? ਹਾਂਜੀ, ਪਾਣੀ ਕਾਹਦਾ ਲੱਗਦਾ? ਨਹਿਰੀ ਦੇ ਨਾਲ ਦਾ ਪਾਣੀ ਵੀ ਆਇਆ, ਤੁਹਾਨੂੰ ਦੱਸਿਆ ਨੀ ਮੋਗੇ ਬੰਦ ਕਰਾ ਦਿੱਤੇ ਨੇ, ਫਿਰ ਖੂਹ ਨਾਲ। ਅੱਛਾ, ਖੂਹ ਫਿਰ ਉੱਥੇ ਬਣਾ ਲਏ? ਫਿਰ ਖੂਹ ਤੇ ਖੂਹ ਆਪਣਾ ਕਾਹਦੇ ਆਪਣੀ ਜੋਗ ਰੱਖੀ ਸੀ ਕੋਈ? ਹਾਂ, ਢੱਕੇ ਰੱਖੇ ਸੀ। ਅੱਛਾ ਅੱਛਾ, ਘੋੜੀਆਂ ਰੱਖੀਆਂ। ਆਪਣੇ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਸੀ ਇੱਥੇ? ਨੰਬਰਦਾਰ ਸੀ ਅਸ਼ਮਤ। ਅਸ਼ਮਤ? ਅਸ਼ਮਤ ਨੰਬਰਦਾਰ। ਅੱਛਾ, ਅਸ਼ਮਤ ਸੀ ਉਹਦਾ ਨਾਂ, ਸਾਡਾ ਵੱਡਾ ਬੇਰਾ ਉਹ ਸੀ। ਅੱਛਾ 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 ਬਾਬਾ ਜੀ, ਕੀ ਆਪਣੇ ਵੱਡੇ ਦੱਸੇ? ਚਲੋ ਤੁਸੀਂ ਤਾਂ 1.5-2 ਮਹੀਨੇ ਦੇ, ਸਾਨੂੰ ਤਾਂ ਕੋਈ ਨਹੀਂ ਪਤਾ। ਨਹੀਂ ਨਹੀਂ, ਪਤਾ ਨਹੀਂ, ਸੁਣੀਆਂ ਕਰ। ਤੁਹਾਡੇ ਅੰਮੀ ਨੇ ਤੁਹਾਡੇ ਅੱਬੇ ਬਕਾਇਆ ਘਰ ਦੇ ਜਿਹੜੇ ਖਾਨਦਾਨ, ਕੀ ਦੱਸਦੇ ਕਿਵੇਂ ਨਿਕਲੇ? ਹਾਂ, ਕਿਨੂੰ ਪਿੰਨੋਂ ਕੁਝ ਲਿਆ ਆਪਣਾ? ਨਹੀਂ ਨਹੀਂ, ਸਾਨੂੰ ਤਕਲੀਫ ਪੂਰੀ ਆਈ ਵੀ ਰਾਤ ਘਟੇ ਜੋੜੇ ਨਹੀਂ। ਅੱਛਾ, ਸਮਾਨ ਜਿਹੜਾ ਕੋਈ ਮਾੜਾ ਚੰਗਾ ਹੈਗਾ ਸੁੱਤੇ ਰੱਖਿਆ, ਖਾਣ ਪੀਣ ਨਾਲ। ਅੱਛਾ, ਤੇ ਬਾਰਡਰ ਪਾਸ ਕਰ ਗਏ? ਅੱਛਾ, ਜਿਹੜਾ ਐਡ ਬਣਿਆ ਉਹ ਪਾਸ ਕਰ ਗਿਆ ਬਸ, ਅੱਗੇ ਉਹਨੇ ਆਖਿਆ ਸੀ ਆਹ ਖਾਂਦੇ। ਘਰੋਂ ਕੀ ਦੱਸਦੇ ਲਿਆ ਘਰ ਕਿਵੇਂ ਕੀ ਉਸ ਟਾਈਮ ਕੋ ਦੱਸਦੇ? ਤੁਹਾਡੇ ਮੇਰੀ ਗੱਲ ਸੁਣਾ ਨਾ, ਤੁਹਾਡੇ ਮੇਰੀ ਦੱਸਦੇ ਹੋਣਗੇ ਵੀ ਕਿਸ ਟਾਈਮ ਦੀ, ਸੁਬਾਹ ਦਾ ਟਾਈਮ ਸੀ, ਰੋਟੀਆਂ ਪਕਾ ਰਹੇ, ਕੀ ਕੰਮ ਕਰਦੇ, ਕਿਵੇਂ ਨਿਕਲੇ ਤੁਹਾਡੇ? ਨਹੀਂ, ਉਹ ਕਹਿੰਦੇ ਨਹੀਂ ਪਏ ਵੀ ਸਾਨੂੰ ਪਤਾ ਬਾਅਦ 'ਚ ਲੱਗਾ ਹੈ, ਪਰ ਇਹ ਰੀਤ ਗੱਲ ਨੂੰ ਤੇ 2 ਸਾਲ ਹੋ ਗਏ ਸੀ ਅੱਗੇ ਗੱਲ ਟੁਰੀ ਸੀ। ਅੱਛਾ ਅੱਛਾ ਅੱਛਾ, ਕਤਲੋ ਗੜ੍ਹ ਅੰਮ੍ਰਿਤਸਰ ਦੇ ਵਿੱਚ ਅੱਗੇ ਟੁਰੀ ਸੀ। ਅੱਛਾ, ਪਹਿਲੇ ਫਿਰੋਜ਼ਪੁਰ ਦੇ ਵਿੱਚ ਵਿਰਲੀ ਸੀ। ਹਾਂ ਹਾਂ, ਫਿਰ ਇੱਥੇ ਵੀ 1.5 ਸਾਲ ਬਾਅਦ ਇੱਥੇ ਵੀ ਫਿਰ ਸ਼ੁਰੂ ਹੋ ਗਿਆ। ਅੱਛਾ, ਕੰਮ। ਅੱਛਾ ਅੱਛਾ,
ਜਿਹੜੇ ਇੱਥੇ ਸ਼ੁਰੂ ਹੋ ਗਿਆ ਤੇ ਫਿਰ ਸ਼ਹਿਰ ਜਾਣਾ ਆਉਣਾ ਜਿਹੜਾ ਬੰਦ ਕਰ ਦਿੱਤਾ ਵੀ ਜਿਹੜਾ ਸੌਦਾ ਪੱਥਰਾ ਕੋਈ ਆਇਆ ਸੀ ਨਾ ਹਾਂਜੀ ਉਹ ਯਾਦ ਆ ਘਰ ਮਾੜਾ ਚੰਗਾ ਖਾਂਦੇ ਰਹੇ ਅੱਛਾ ਅੱਛਾ ਫਿਰ ਸ਼ਹਿਰ ਬੰਦਾ ਆਈ ਹੈ ਜਿੰਨਾ ਨਹੀਂ ਕੋਈ ਨਹੀਂ ਸੀ ਜਾਂਦਾ ਫਿਰ ਉਂਝ ਹੀ ਹੁਕਮ ਹੋ ਗਿਆ ਵੀ ਨਿਕਲੋ ਅੱਛਾ ਬਾਬਾ ਜੀ ਕੀ ਦੱਸਦੇ ਤੁਹਾਡੇ ਮਾਰੇ ਕੇ ਬਕਾਇਆ ਅੱਬੇ ਰੀ ਜਦੋਂ ਲਾਓ ਜੇ ਦੱਸਦੇ ਹਰੀ ਘਰੋਂ ਕੁਝ ਸਮਾਨ ਹੋਰ ਵੀ ਲਿਆ ਗੱਡਿਆਂ ਤੋਂ ਇਲਾਵਾ ਆਪਣੇ ਡੰਗਰ ਡੰਗਰ ਵੀ ਲੈ ਕੇ ਆਏ ਨਾਲ ਲਿਆਂਦੇ ਨਾਲ ਲੈ ਕੇ ਆਏ ਜੇ ਬਾਰਡਰ ਪਾਸ ਕੀਤਾ ਐਡ ਦੇਖੋ ਰੇ ਕਿਹੜੇ ਪਿੰਡ ਦੱਸ ਦੇਣ ਵੀ ਅਸੀਂ ਉੱਥੇ ਰਹੇ ਹਾਂ ਅੱਛਾ ਕੋਈ 4-5 ਦਿਨ ਵੀ ਇੱਥੇ ਜ਼ਮੀਨ ਪਵਾ ਰਹੇ ਨੇ ਅੱਛਾ ਉੱਥੇ ਡੰਗਰਾਂ ਨੂੰ ਬਿਮਾਰੀ ਪਈ ਤੇ ਡੰਗਰ ਸਾਰੇ ਮਰ ਗਏ ਅੱਛਾ ਕੋਈ ਨਾ ਰਿਹਾ ਅਸੀਂ ਉੱਥੇ ਚਾਲੂ ਹੋ ਗਏ ਨਾ ਉਹ ਮੱਖੀਆਂ ਮੱਛਰ ਤੋਂ ਫਿਰ ਗੱਡੇ ਰੇੜੇ ਫਿਰ ਅਗੰਟ ਹੋ ਗਏ ਅੱਛਾ ਫਿਰ ਹੌਲੀ ਹੌਲੀ ਸਾਡਾ ਇੱਕ ਤਹਿਸੀਲਦਾਰ ਸੀ ਉਹਦੇ ਨਾਲ ਸਾਡਾ ਬੰਦਾ ਇੱਕ ਨੌਕਰ ਸੀ ਅੱਛਾ ਉਹ ਕਿਤੇ ਇਹਨਾਂ ਨੂੰ ਮਿਲਿਆ ਵੀ ਕਿਤੇ ਟੁਰੇ ਫਿਰਦੇ ਜੀ ਤੁਸੀਂ ਇੱਧਰ ਆਓ ਇੱਥੇ ਬੜਾ ਚੰਗਾ ਯਾਤਰੀ ਇੱਥੇ ਆ ਜਾਓ ਅਤੇ ਆਓ ਤੁਹਾਨੂੰ ਉੱਥੇ ਰਖਵਾ ਲੈ ਗਿਆ ਇਹ ਫਿਰ ਟੁਰਦੇ ਟੁਰਦੇ ਫਿਰ ਇੱਥੇ ਯਾਤਰੀ ਅੱਛਾ ਤੁਹਾਡਾ ਘਰ ਉੱਥੇ ਕਿਵੇਂ ਦਾ ਹੁੰਦਾ ਹੈ ਬਾਬਾ ਜੀ ਕੱਚੇ ਮਕਾਨ ਦੱਸਦੇ ਕੱਚੇ ਸਨ ਕਦੇ ਕਿਸੇ ਕਿਸੇ ਦੇ ਪੱਕੇ ਵੀ ਹੁੰਦੇ ਹਨ ਉਦੋਂ ਕਦੇ ਕਿਸੇ ਦਾ ਮੈਂ ਪੱਕੇ ਵੀ ਆਇਆ ਮੈਂ ਵਿਰਲਾ ਕੋਈ ਜਿਹੜਾ ਕੋਈ ਤਾਂ ਆਪਣਾ ਕੱਚਾ ਸੀ ਗਰੀਬ ਹੀ ਆਉਣਗੇ ਸਾਡੇ ਆਪਣੇ ਮਸੀਤ ਦੱਸਦੇ ਹੁੰਦੇ ਸੀ ਪਿੰਡ ਚ ਮਸੀਤ ਵੀ ਹੈ ਰੱਖਿਆ ਸੀ ਆਪਣੇ ਮਹੱਲੇ ਸੀ ਆਪਣੇ ਮਹੱਲੇ ਛੋਟਾ ਜਿਹਾ ਪਿੰਡ ਏਡਾ ਵੱਡਾ ਨਹੀਂ ਹੈਗਾ ਹੁਣ ਭਾਵੇਂ ਵੱਡਾ ਬਣ ਗਿਆ ਸਾਡਾ ਆਪਣਾ ਕਬੀਲਾ ਸੀ ਅੱਛਾ ਜਿਹੜੇ ਵਿਚਾਰ ਫਿਰ ਆਪਣੇ ਸਾਰਾ ਪੈਦਲ ਹੀ ਆਏ ਤੋੜੋ ਤੋੜ ਪਾਕਿਸਤਾਨ ਤੱਕ ਜਿਹੜੇ ਗੱਡਿਆਂ ਦੇ ਜੀ ਬਹਿ ਸਕਦੇ ਸੀ ਕਮਜ਼ੋਰ ਸੀ ਉਹ ਤੇ ਬਹਿ ਗਏ ਬਹਿ ਗਏ ਤੇ ਦੂਜੇ ਜਿਹੜੇ ਟੁੱਟ ਗਏ ਅੱਛਾ ਅੱਛਾ ਤੁਹਾਨੂੰ ਤਾਂ ਤੁਹਾਡੀ ਮਾਂ ਨੇ ਫਿਰ ਚੁੱਕ ਕੇ ਲਿਆਂਦਾ ਹਾਂ ਚੱਕ ਕੇ ਲਿਆਂਦਾ ਉਹਨੇ ਆਖਿਆ ਕਿ ਛੋਟੀ ਜਿਹੀ ਮੰਜੀ ਸੀ ਮੇਰੇ ਕੋਲ ਅੱਛਾ ਘਰੋਂ ਮੈਂ ਚੱਕ ਲਈ ਅੱਛਾ ਮੰਜੀ ਵੀ ਨਾਲ ਹੀ ਫੜ ਲਈ ਮੰਜੀ ਉਸ ਤੇ ਰੱਖ ਲਈ ਛੋਟੀ ਮੋਟੀ ਹੋਣੀ ਨਾ ਬੱਚਿਆਂ ਵਾਲੀ ਛੋਟੀ ਜੀ ਹਾਂਜੀ ਹਾਂਜੀ ਉਹਨੇ ਆਖਿਆ ਵੀ ਜਿੱਥੇ ਰਾਤ ਪੈਂਦੀ ਸੀ ਜਾਂ ਜਿੱਥੇ ਦਿਨ ਜਾਂ ਪੈਂਦੇ ਸਨ ਅੱਛਾ ਉਸੇ ਦਿਨ ਦਾ ਮੈਂ ਪਾ ਦਿੰਦਾ ਸਾਫ ਨਹੀਂ ਅੱਛਾ ਅੱਛਾ ਰਾਤ ਵਿੱਚ ਨਹੀਂ ਹਮਲਾ ਹੋਇਆ ਕਿਤੇ ਨਹੀਂ ਕੋਈ ਇਹਨਾਂ ਤੇ ਨਹੀਂ ਹੋਇਆ ਸਾਡੇ ਬੰਦਿਆਂ ਤੇ ਕੋਈ ਨਹੀਂ ਹੋਇਆ ਅੱਛਾ ਅਮਨੋ ਮਾਣੀ ਆ ਬਿਲਕੁਲ ਅਮਨੋ ਮਾਣ ਬਾਬਾ ਜੀ ਉਹ ਵੇਲਾ ਸਹੀ ਕਿਉਂ ਨਾਲ ਵੇਖ ਓ ਹੋ 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 ਉਹ ਤਾਂ ਵੱਡੇ ਸਾਡੇ ਰੋਂਦੇ ਨੇ ਅੱਛਾ ਜੀ ਕਿਵੇਂ ਕਰਕੇ ਸਹੀ ਤੁਹਾਨੂੰ ਵੀ ਤੇ ਸਾਨੂੰ ਵੀ ਅੱਛਾ ਵੀ ਤੁਸੀਂ ਕਿਸ ਤਰ੍ਹਾਂ ਦੇ ਹੋ ਗਏ ਜੀ ਅਸੀਂ ਕਿਸ ਤਰ੍ਹਾਂ ਦੇ ਹੋ ਗਏ ਆ ਸਾਡਾ ਮਾਂ ਪਿਓ ਸਾਨੂੰ ਦੱਸ ਕੇ ਗਿਆ ਕਲਮ ਤੁਸੀਂ ਕਿਸ ਤਰ੍ਹਾਂ ਦੇ ਹੋ ਗਏ ਸਾਡੇ ਤੇ ਗੱਲਾਂ ਨਹੀਂ ਸੀ ਜਿਹੜੀਆਂ ਅੱਜ ਤੁਹਾਡੇ ਚ ਨੇ ਇਹਨਾਂ ਨੂੰ ਆ ਸੁਣਦੇ ਨੇ ਸਾਰੇ ਆ ਪੁੱਛ ਰਹੇ ਨੇ ਬਾਬਾ ਜੀ ਰੋਜ਼ ਸਮਝਾਉਣ ਬਾਬਾ ਜੀ ਜਦੋਂ ਤੁਸੀਂ ਜਵਾਨ ਸੋ ਯਾਨੀ 10-15 ਸਾਲ ਦੇ ਉਦੋਂ ਤੇ ਹੁਣ ਦਾ ਸ਼ਰਮੋ ਯਾਦ ਵਿੱਚ ਕੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡੀ ਮੁਸਲਮਾਨੀ 'ਚ ਫਰਕ ਅਸੀਂ ਸਹੀ ਮੁਸਲਮਾਨ ਵੀ ਨਹੀਂ ਹੈ ਕੋਈ ਸ਼ਰਾਬ ਪੀਂਦਾ ਫਿਰਦਾ ਕੋਈ ਆਰਾਮ ਖਾਂਦਾ ਫਿਰਦਾ ਸੁਣੀ ਨਾ ਗੱਲ ਕੋਈ ਚੋਰੀ ਕਰਦਾ ਫਿਰਦਾ ਸਾਡੇ 'ਚ ਪੇਸ਼ੇ ਨਹੀਂ ਹੈਗੇ ਅਸੀਂ ਉਹਨੂੰ ਮੁਸਲਮਾਨ ਨਹੀਂ ਸਮਝਦੇ ਜਿਹੜਾ ਤੇਰਾ ਹੱਕ ਮੈਂ ਖਾਂ ਹਾਂ ਨਾ 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 ਬਿਲਕੁਲ ਨਹੀਂ ਉਹਦੀ ਕੋਈ ਨਮਾਜ਼ ਨਹੀਂ ਹੁੰਦਾ ਕੋਈ ਰੋਜ਼ਾ ਨਹੀਂ ਕੋਈ ਹੁੰਦਾ ਅੱਜ ਨਹੀਂ ਕੋਈ ਹੁੰਦਾ ਜ਼ਕਾਤ ਨਹੀਂ ਕੁਛ ਵੀ ਨਹੀਂ ਹੁੰਦਾ ਹੈਗਾ ਅੱਛਾ ਬਾਬਾ ਜੀ ਤੁਹਾਡੇ ਅੱਬੇ ਨੇ ਚਲੋ ਦੱਸਦੇ ਹੋਣਗੇ ਦਾਦੇ ਹਰੀ ਦੱਸਦੇ ਹੋਣਗੇ ਉੱਥੇ ਜਿਹੜਾ ਸਿੱਖ ਗੁਆਂਢੀ ਗੁਣੀ ਆ ਨਾਲ ਦੇ ਪਿੰਡਾਂ ਸਨ ਬਿਲਕੁਲ ਉਹਨਾਂ ਨਾਲ ਮੁਸਲਮਾਨਾਂ ਦਾ ਵਰਤਾਓ ਕਿਵੇਂ ਦਾ ਹੁੰਦਾ ਸਲੂਕ ਨਾਲ ਹਾਂ ਬਿਲਕੁਲ ਉਹਨਾਂ ਨੇ ਕਿਹਾ ਗਮੀਆਂ ਸ਼ਾਦੀਆਂ ਤੇ ਆਣ ਕੇ ਉਹਨਾਂ ਬਹਿਣਾ ਅੱਛਾ ਸੁਣੇਗਾ ਵੀ ਕੋਈ ਗਮੀ ਹੋ ਗਈ ਤੇ ਉਹਨਾਂ ਆਣ ਕੇ ਬਹਿਣਾ ਵੀ ਅੱਲਾ ਦਾ ਅੱਛਾ ਅਸੀਂ ਤਾਂ ਖੜੇ ਕਰ ਲੈਨੇ ਆ ਚਲੋ ਨਾ ਕਰਦੇ ਹੋਣਗੇ ਉਹ ਹਾਂਜੀ ਇਹਨਾਂ ਉਹ ਜ਼ਰੂਰ ਆਉਂਦੇ ਸੀ ਵੀ ਅੱਲਾ ਰੋ ਅੱਲਾ ਦਾ ਯਾਨੀ ਤੁਹਾਡੀ ਗਮੀ ਵਿੱਚ ਰਲਦੇ ਸਨ ਬਿਲਕੁਲ ਗਮੀ ਵੀ ਸ਼ਾਦੀ ਬਲਾ ਕੇ ਵਿੱਚ ਬਾਂਦੇ ਸੀ ਭੈਣਾਂ ਭਰਾਵਾਂ ਕਰਨ ਅੱਛਾ ਜੀ ਧੀਆਂ ਭੈਣਾਂ ਦੀ ਜਿਸ ਦੱਸ ਦੇਣ ਵੀ ਅਸੀਂ ਦਿਨ ਕਰਦੇ ਸਨ ਹਾਂ ਹਾਂ ਪੁੱਤਰ ਦਾ ਜਾਂ ਧੀਆਂ ਦਾ
ਤੇ ਜਿਹੜਾ ਬਹੁਤੇ ਸੱਜਣ ਪੂਰੇ ਹੁੰਦੇ ਸੀ ਹਾਂ 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 ਉਹਨੇ ਉਹਨਾਂ ਦੇ ਚਬਾ ਕੇ ਕਿਉਂ ਵੀ ਕਰੋਗਾ ਅੱਛਾ ਜੋ ਦੇਣੇ ਇਹਨਾਂ ਨੂੰ ਤੁਸੀਂ ਜਰਾ ਬੁਰਾ ਵੀ ਨਾ ਮਨਾਇਆ ਜੇ ਤੁਸੀਂ ਗਾਂ ਤੋਂ ਕੁਛ ਥੋੜਾ ਜਿਹਾ ਪਰਹੇਜ਼ ਕਰਦੇ ਠੀਕ ਹੈ ਨਾ ਗੱਲ ਤੇ ਉਹਨੇ ਕਿਹਾ ਕਈ ਐਸੇ ਬੰਦੇ ਹੈਗੇ ਸੀ ਜਿਹੜੇ ਸਾਡੇ ਨਾਲ ਬੈਠ ਕੇ ਖਾ ਲੈਂਦੇ ਅੱਛਾ ਅੱਛਾ ਬਾਬਾ ਜੀ ਹਿੰਦੂਆਂ ਦਾ ਕਿਵੇਂ ਦਾ ਸਲੂਕ ਸੀ ਨਹੀਂ ਉਹਨਾਂ ਨਾਲ ਕੋਈ ਸ਼ਹਿਰਾਂ ਦੇ ਵਿੱਚ ਰਹਿੰਦੇ ਸੀ ਹਿੰਦੂ ਕਿੱਥੇ ਪਿੰਡਾਂ 'ਚ ਸੀ ਕੋਈ ਵੇਖੋ ਬਿਰਲਾ ਕੋਈ ਦੁਕਾਨ ਕਿਸੇ ਨੇ ਪਾਈ ਅੱਛਾ ਅੱਛਾ ਸੁਣੀ ਨਾ ਗੱਲ ਇੱਥੇ ਆਉਂਦੇ ਨੇ ਇੱਕ ਯਾਤਰੀ ਦਾ ਸਿੱਖ ਉੱਥੋਂ ਦਾ ਇੰਟਰਵਿਊ ਜਿਵੇਂ ਤੁਸੀਂ ਆਏ ਜੇ ਸਾਡਾ ਕੋਈ ਬੰਦਾ ਗਿਆ ਹੋ ਅੱਛਾ ਉਹਨੇ ਇੱਥੋਂ ਦੇ ਨਾਂ ਲਾਇਆ ਬੰਦਿਆਂ ਨੇ ਅੱਛਾ ਸੁਣੀ ਜੀ ਗੱਲ ਹਾਂ ਹਾਂ ਤੇ ਉਹਨਾਂ ਫਿਰ ਪੁੱਛਿਆ ਵੀ ਬਾਬਾ ਤੇਰਾ ਜੀ ਕਰਦਾ ਹਾਂ ਯਾਤਰੀ ਜਾਣ ਤੇ ਉਹਨੇ ਖਾਂ ਖਾਂ ਕਰਦਾ ਅੱਛਾ ਕਰਦਾ ਹੈ ਵੀ ਜੀ ਅਗਲੇ ਜੀ ਤੇ ਆਉਣ ਤੇ ਵੀ ਜਿਹੜੇ ਮੇਰੇ ਆਣੀ ਕੋਈ ਜੀ ਦੇ ਹੋਣ ਹਿੰਦੁਸਤਾਨ ਵੇਖਿਆ ਵੀ ਨਹੀਂ ਕੋਈ ਸਾਡਾ ਬੇਲੀ ਵੀ ਨਹੀਂ ਹੈਗਾ ਸਿੱਖ ਅੱਛਾ ਤੇ ਸਾਡਾ ਜੀ ਕਰਦਾ ਵੀ ਅਸੀਂ ਜਾਈਏ ਤੇਰਾ ਵੀ ਦਿਲ ਕਰਦਾ ਆਪਣਾ ਪਿੰਡ ਮੇਰਾ ਵੀ ਜੀ ਕਰਦਾ ਕਿਵੇਂ ਦਾ ਹੋਣਾ ਕਿਵੇਂ ਦਾ ਪਿੰਡ ਹੈ ਕੀ ਹਿਸਾਬ ਕਿਤਾਬ ਹੈ ਕਿਸ ਤਰ੍ਹਾਂ ਦੇ ਲੋਕ ਨੇ ਇੱਥੇ ਹੁਣ ਤੁਸੀਂ ਆਉਂਦੇ ਜੇ ਗੁਰਦੁਆਰੇ ਨਨਕਾਣਾ ਸਾਹਿਬ ਅਸੀਂ ਤੁਹਾਡੀ ਇੱਜ਼ਤ ਥੋੜ੍ਹੀ ਜਿਹੀ ਨਹੀਂ ਕਰਦੇ ਪਾਸੇ ਗਾਰਡਾਂ ਲੱਗੀਆਂ ਨੇ ਖਬਰਦਾਰ ਕੋ ਬੰਦਾ ਜੀ ਇਹਨਾਂ ਦੇ ਨੇੜੇ ਵੀ ਗਿਆ ਹਾਂਜੀ ਸਕੂਟਰੀ ਦਿੰਦੇ ਬੜੀ ਕਿਸੇ ਦੀ ਧੀ ਭੈਣ ਨੂੰ ਤੁਸੀਂ ਇਸ ਰੰਗਲ ਦੀ ਕੀਤੀ ਹਾਂਜੀ ਹਾਂਜੀ ਲਾਗ ਰੱਖ ਦੇ ਹਾਂਜੀ ਜੁਰਤ ਨਹੀਂ ਦੀ ਜਾਉਂਦੀ ਸਾਹ ਤੁਹਾਨੂੰ ਉਹ ਆਖਣ ਦੀ ਨਾ ਅਸੀਂ ਆਨੇ ਹੀ ਅਸੀਂ ਆਂਦੇ ਵੀ ਨਹੀਂ ਸਾਨੂੰ ਗਵਰਨਮੈਂਟ ਆਖਣ ਵੀ ਨਹੀਂ ਦਿੰਦੀ ਫੁੱਲ ਪ੍ਰੋਟੋਕੋਲ ਦਿੰਦੇ ਸਰਦਾਰ ਹਾਂਜੀ ਹਾਂਜੀ ਅੱਜ ਸੜਕ ਉਹਨਾਂ ਦੀ ਮਰਜ਼ੀ ਨਾਲ ਬਣੀ ਹਾਂਜੀ ਹਾਂਜੀ ਸੱਚੇ ਸੌਦੇ ਦਾ ਸੱਚੇ ਸੌਦੇ ਦਾ ਜਿਹੜੀ ਜਿੰਨੇ ਅਸੀਂ ਇਹਨਾਂ ਨੂੰ ਸਭ ਇੱਥੇ ਬਣਾਓ ਯਾਤਰੀਆਂ ਬਣਾਓ ਬੜੇ ਵੱਡੇ ਪਿੰਡ ਨੇ ਇਹਨਾਂ ਦੇ ਅੱਛਾ ਬਜ਼ੁਰਗੋ ਇੰਨਾ ਪਿਆਰ ਸੀ ਸਿੱਖਾਂ ਦਾ ਮੁਸਲਮਾਨਾਂ ਦੇ ਭਰਾਵਾਂ ਤਰ੍ਹਾਂ ਰਹਿੰਦੇ ਆ ਸਾਰੇ ਜੀ ਤੇ ਇਹਨੀ ਵੱਡ ਟੁੱਕ ਕਿਵੇਂ ਹੋ ਗਈ ਕਿੰਨੇ ਸਾਜੇ ਫਲਾਈ ਗਏ ਦੱਸ ਦੇ ਕਿ 10 ਤੋਂ 12 ਲੱਖ ਸਿੱਖ ਮਰੇ ਇਧਰ 20-22 ਲੱਖ ਅੱਲਾ ਜਾਣੇ ਕਿੰਨੀ 20 ਤੋਂ 22 ਲੱਖ ਮੁਸਲਮਾਨ ਵੀ ਉਧਰ ਰਹਿੰਦੇ ਹੋ ਯਾਰ ਇਹਨੇ ਇਹ ਇੰਨੀ ਵੱਡ ਟੁੱਕ ਕਿਉਂ ਹੋ ਗਈ ਕੋਈ ਤੁਸੀਂ ਕੀ ਸਮਝਦੇ ਕੀ ਕੀਤਾ ਜਾਏ ਕਿਵੇਂ ਹੋਈ ਐਵੇਂ ਜਾਣ ਕੇ ਇਹ ਸਾਜਿਸ਼ ਨਾਲ ਲੜਾਇਆ ਗਿਆ ਇਹਨੂੰ ਆਪਣੇ ਸਾਜਿਸ਼ ਨਾਲ ਅੱਲਾ ਜਾਣੇ ਅੰਗਰੇਜ਼ ਨੇ ਲੜਾਇਆ ਅੰਗਰੇਜ਼ ਨੇ ਅਸੀਂ ਤਾਂ ਅੰਗਰੇਜ਼ ਨੂੰ ਸਮਝ ਹਾਂ ਹਾਂ ਸਮਝਾਈ ਨਹੀਂ ਗੱਲ ਵੀ ਜਿਹੜੇ ਮੁਰਗੀ ਸਾਡੇ ਵੀ ਫਨਾ ਫਿਲਾ ਕਰਦੇ ਹੋਏ ਵੀ ਸਾਡੇ ਦੇ ਕੰਮ ਦਾ ਨਾ ਰਹਿ ਗਿਆ ਨਾ ਅਸੀਂ ਹਿੰਦੂਆਂ ਕੋਲ ਚਾਚਾ ਨਾਲ ਵਸਣ ਤੇ ਨਾ ਇਹ ਹੀ ਵਸਣ ਸੁਣੀ ਦੇ ਫਿਰ ਜਿਹੜੇ ਇਧਰੋਂ ਗਏ ਨਾ ਸਰਦਾਰ ਜੀ ਨੇ ਉਹਨਾਂ ਨੂੰ ਪੰਜਾਬ ਤੋਂ ਪਰਾਂ ਦੂਰ ਕਰਾ ਦਿੱਤਾ ਵੀ ਆਪਾਂ ਜਰਾ ਗੱਲਾਂ ਪਤਾ ਪਾਣੀ ਪਾਤ ਨਾਲ ਕਰਾਂਗੇ ਹਾਂਜੀ ਵੀ ਆਪਾਂ ਜਰਾ ਹਲਕੇ ਨਾਲ ਫਿਰ ਨਾਲ ਕੇ ਨਾ ਪਏ ਹੁਣ ਵੀ ਅਸੀਂ ਇਹ ਆਨੇ ਆ ਹਾਂਜੀ ਵੀ ਜੇ ਤੁਹਾਡਾ ਕੋ ਸੂਬਾ ਬਣੇ ਤੇ ਅਸਾਂ ਤੇ ਨਹੀਂ ਬਾਰਡਰ ਰੱਖਣਾ ਆਓ ਜਾਓ ਖੁੱਲੇ ਅਸੀਂ ਜਾਈਏ ਆਈਏ ਤੁਸੀਂ ਵੀ ਆਓ ਜਾਓ ਲੇਕਿਨ ਇਹ ਉਹ ਹਿੰਦੂ ਜਿਹੜਾ ਉਹ ਤੁਹਾਨੂੰ ਨਹੀਂ ਕਿਸੇ ਪਾਸੇ ਰੱਖਣ ਦਿੰਦਾ ਸਾਨੂੰ ਕੋ ਵੈਸੇ ਪੜ੍ਹੇ ਵੀ ਹੈ ਅਖਬਾਰਾਂ ਵੀ ਪੜ੍ਹਨੇ ਆ ਹੁਣ ਤੇ ਅਖਬਾਰ ਖਤਮ ਹੋ ਗਏ ਹੁਣ ਤੇ ਆ ਮੋਬਾਈਲ ਨਿਕਲਿਆ ਹਾਂਜੀ ਗੱਲ ਕੋ ਨਗੀ ਰਹਿੰਦੀ ਨਹੀਂ ਨਾ ਇੰਡੀਆ 'ਚ ਕੋਈ ਰਹਿੰਦੀ ਤੇ ਨਾ ਕੋਈ ਇੱਥੇ ਰਹਿੰਦੀ ਨਾ ਸਾਰੇ ਮੁਲਕ ਦੇ ਕੋਈ ਰਹਿੰਦੀ ਨਾ ਸਾਡੇ ਕੋਲ ਦੀਨ ਦੀ ਰਹਿੰਦੀ ਨਾ ਸਾਡੇ ਕੋਲ ਸਲਾਮ ਦੀ ਰਹਿੰਦੀ ਨਾ ਕੋਈ ਤੁਹਾਡੀ ਰਹਿੰਦੀ ਜਿਸ ਵਕਤ ਇੱਥੇ ਨਾ ਕੋਈ ਆਪਣਾ 6-7 ਸਾਲ ਹੋ ਗਏ ਨੇ ਇਹ ਤਿੰਨ ਜਣੇ ਆਏ ਇੱਕ ਦਲਮੀਰ ਸਿੰਘ ਸਤਨਾਮ ਸਿੰਘ ਬੁੜਾਏ 'ਚ ਉਹ ਇੱਥੇ ਮਿਲਣ ਵਾਸਤੇ ਆਏ ਆਪਣੇ ਮੱਥਾ ਟੇਕਣ ਆਏ ਅੱਛਾ ਔਰ ਉਹਨਾਂ ਦੇ ਵਾਲਦ ਨੇ ਦਲਮੀਰ ਸਿੰਘ ਨੇ ਉਹ ਇੱਥੇ ਰਹਿ ਕੇ ਗਿਆ ਆਪਣੇ ਬੇਟੇ ਨੂੰ ਸਤਨਾਮ ਸਿੰਘ ਨੂੰ ਆਖਿਆ ਕਿ ਵੀ ਸਾਡੀ ਯਾਤਰੀ ਚੋਂ ਹੋ ਕੇ ਆਉਣਾ ਮੇਰੇ ਪਿੰਡ ਤੋਂ ਅੱਛਾ ਭਾਜੀ ਮਾਜ਼ਰਤ
ਮੇਰੇ ਦਾਦਾ ਜਾਨ ਦਾ ਨਾਂ ਸੀ ਮੌਲਵੀ ਨੂਰ ਲਹਦਾ ਔਰ ਮੇਰੇ ਵਾਲਦ ਸਾਹਿਬ ਦਾ ਨਾਂ ਸੀ ਡਾਕਟਰ ਸ਼ਕੀਰ ਮੁਹੰਮਦ ਉਹ ਜਿਸ ਵਕਤ ਮੇਰੇ ਜੀ ਪਠਾਨ ਕਰਪਾਲ ਸਿੰਘ ਜਿਹੜਾ ਸੀ ਉਹ ਮੇਰੇ ਵਾਲਦ ਦਾ ਦੋਸਤ ਸੀ ਉਹਦੀ ਵਜ੍ਹਾ ਤੋਂ ਕਰਪਾਲ ਸਿੰਘ ਵਜਦਾਨ ਸਿੰਘ ਹਾਂਜੀ ਅੱਛਾ ਉਹ ਕਈ ਜਿਹੜੇ ਸਿੱਖ ਸਨ ਨਾ ਉਹ ਜਿਸ ਵਕਤ ਮੇਰੇ ਵਾਲਦ ਸਾਹਿਬ ਕੋਲ ਆਏ ਤੇ ਉਹਨਾਂ ਆਣ ਕੇ ਡਾਕਟਰ ਸ਼ਕੀਰ ਮੁਹੰਮਦ ਦਾ ਨਾਂ ਸੁਣਿਆ ਤੇ ਆਣ ਕੇ ਕੋਲ ਬੈਠੇ ਮੈਂ ਵੀ ਕੋਲ ਬੈਠਾ ਸਾਂ ਤੇ ਸਤਨਾਮ ਸਿੰਘ ਮੁੰਡਾ ਜਿਹਾ ਹੀ ਸੀ ਉਹਨਾਂ ਮੱਥਾ ਟੇਕਣ ਆਏ ਸਨ ਨਨਕਾਣੇ ਜਿਸ ਵਕਤ ਇੱਥੇ ਆਏ ਉਹਨਾਂ ਆਖਿਆ ਜੀ ਮੈਂ ਆਪਣੇ ਵਾਲਦ ਦੀ ਗੱਲ ਪੂਰੀ ਕਰਨ ਆਇਆ ਤੇ ਵਾਲਦ ਸਾਹਿਬ ਨੇ ਆਖਿਆ ਵੀ ਕਿਵੇਂ ਦੀ ਗੱਲ ਉਹਨੇ ਆਖਿਆ ਜੀ ਮੇਰੇ ਵਾਲਦ ਦਾ ਨਾਮ ਹੈ ਦਲਬੀਰ ਸਿੰਘ ਉਹ ਯਾਤਰੀ ਰਹਿੰਦੇ ਹੁੰਦੇ ਸਨ ਉਹਨਾਂ ਆਖਿਆ ਵੀ ਤੁਸੀਂ ਯਾਰ ਨਨਕਾਣੇ ਜਾਣਾ ਤੇ ਯਾਤਰੀ ਕੋਲੋਂ ਲੰਘ ਕੇ ਜਾਣਾ ਮੇਰੇ ਪਿੰਡ ਹੋ ਕੇ ਆਉਣਾ ਮੇਰੇ ਬੇਲੀ ਨੂੰ ਮਿਲ ਕੇ ਆਉਣਾ ਮੇਰੇ ਬੇਲੀਆਂ ਨੂੰ ਮਿਲ ਕੇ ਆਉਣਾ ਤੇ ਮੇਰੇ ਪਿੰਡੋਂ ਹੋ ਕੇ ਆਉਣਾ ਪਿੰਡ ਦਾ ਮੈਨੂੰ ਨਾ ਆਣ ਕੇ ਨਕਸ਼ਾ ਦੱਸਣਾ ਮੇਰਾ ਬੜਾ ਦਿਲ ਕਰਦਾ ਹੈ ਦਲਮੀਰ ਸਿੰਘ ਜਿਸ ਵਕਤ ਸਤਨਾਮ ਸਿੰਘ ਨੇ ਇੱਥੋਂ ਸਾਰਾ ਵੇਖ ਕੇ ਵੜੈਚ ਉਹਦੇ ਨਾਲ ਸੀ ਮੁੰਡਾ ਲਿਖਿਆ ਪੜਿਆ ਸੀ ਵੜੈਚ ਉਹਨੇ ਸਭ ਕੁਝ ਲਿਖਿਆ ਹਿੰਦੀ ਦੇ ਵਿੱਚ ਉਹ ਜਿਸ ਵਕਤ ਉੱਥੇ ਲੈ ਕੇ ਗਿਆ ਤੇ ਮਤਲਬ ਇੱਥੋਂ ਮੱਥਾ ਟੇਕ ਕੇ ਉਹ ਫਿਰ ਜਿਸ ਵਕਤ ਚਲੇ ਗਏ ਤੇ ਇਹ ਤੇ ਫਿਰ ਸਾਡੀ ਮੁਹੱਬਤ ਹੀ ਲੈ ਕੇ ਗਏ ਸਾਨੂੰ ਪਿਆਰ ਹੀ ਲੈ ਗਏ ਸਾਡਾ ਵੀ ਦਿਲ ਬੜਾ ਕਰਦਾ ਜਦੋਂ ਜਿਸ ਵਕਤ ਸਾਡੇ ਵਾਲ ਸਾਹਿਬ ਨੇ ਦੱਸਿਆ ਸਾਰੇ ਲੋਕ ਦੱਸਦੇ ਨੇ ਵੀ ਉਹ ਬੜੇ ਪਿਆਰ ਨਾਲ ਜਿਸ ਵਕਤ ਇਹ ਸਾਨੂੰ ਦੱਸਦੇ ਨੇ ਸਾਡੀਆਂ ਮਾਈਆਂ ਦੱਸਦੀਆਂ ਨੇ ਅੱਛਾ ਕਿ ਜਿਸ ਵਕਤ ਸਿੱਖ ਉੱਥੋਂ ਘੋੜੀ ਲੈ ਕੇ ਆਉਂਦੇ ਸਨ ਨਾ ਤੇ ਪਿੰਡੋਂ ਬਾਹਰ ਹੀ ਉਤਰ ਜਾਂਦੇ ਸਨ ਦੀਵਾਰਾਂ ਛੋਟੀਆਂ ਛੋਟੀਆਂ ਹੁੰਦੀਆਂ ਸਨ ਦੀਵਾਰਾਂ ਛੋਟੀਆਂ ਛੋਟੀਆਂ ਹੁੰਦੀਆਂ ਤੇ ਸਿੱਖ ਜਿਹੜੇ ਸਨ ਨਾ ਉਹ ਆਪਣਾ ਘੋੜੀ ਤੋਂ ਉਤਰ ਜਾਂਦੇ ਸਨ ਉਸੇ ਵਕਤ ਹੀ ਉਹ ਕਿਉਂ ਉਤਰ ਜਾਂਦੇ ਸਨ ਉਹ ਕਹਿੰਦੇ ਸਨ ਨਹੀਂ ਹਰ ਇੱਕ ਦੀਆਂ ਧੀਆਂ ਭੈਣਾਂ ਜਿਹੜੀਆਂ ਨੇ ਨਾ ਉਹ ਸਿਰੋਂ ਪਤਾ ਨਹੀਂ ਕਿਵੇਂ ਦੀਆਂ ਹੁੰਦੀਆਂ ਨੰਗੀਆਂ ਹੁੰਦੀਆਂ ਨੇ ਘਰ ਪੈਰਾਂ ਘਰਾਂ ਦੇ ਵਿੱਚ ਛਾਤੀਆਂ ਵੱਜਦੀਆਂ ਨੇ ਉਹ ਉਸੇ ਵਕਤ ਹੀ ਜਿਹੜਾ ਉਹ ਤੋਂ ਪਿੰਡੋਂ ਬਾਹਰ ਉਤਰ ਜਾਣਾ ਆਣ ਕੇ ਘੋੜੀ ਨੂੰ ਫੜ ਕੇ ਤੇ ਆਪਣੇ ਘਰ ਜਾਣਾ ਭਾਜੀ ਉਦੋਂ ਦੱਸਦੇ ਨੇ ਬਜ਼ੁਰਗ ਕਿ ਭਾਵੇਂ ਮੁਸਲਮਾਨ ਭਾਵੇਂ ਸਿੱਖ ਸਨ ਬੜੇ ਹਿਆਲ ਸਨ ਸਾਡੇ ਬੜੇ ਹਿਆਲ ਇੱਕ ਦੂਜੇ ਦਾ ਪਿਆਰ ਮੁਹੱਬਤ ਆਪਣੀ ਧੀ ਧੀ ਭੈਣ ਨੂੰ ਸਮਝਦੇ ਸਨ ਦਿਨ ਤਿਆਰ ਹੋਣਾ ਸੀ ਨਾ ਦਿਨ ਤਿਆਰ ਹੁੰਦਾ ਸੀ ਤੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸਨ ਆ ਜਿਹੜੇ ਸਾਨੂੰ ਦੱਸਦੇ ਨੇ ਕਿ ਆ ਮਸਜਿਦ ਜਿਹੜੀ ਸਾਡੀ ਹੈ ਨਾ ਹਾਂਜੀ 47 ਤੋਂ ਪਹਿਲਾਂ ਦੀ ਹਾਂਜੀ ਪਹਿਲਾਂ ਬਣੀ ਹੈ ਔਰ ਆ ਇੱਕ ਸਿੱਖ ਸੀ ਤੇ ਉਹਦੀ ਜਗ੍ਹਾ ਸੀ ਅੱਛਾ ਉਹਨੇ ਫਿਰ ਦਿੱਤੀ ਸੀ ਉਹਨੇ ਆਖਿਆ ਸੀ ਕਿ ਵੀ ਇੱਥੇ ਆਪਣਾ ਜਿਹੜਾ ਨਾ ਮਸਜਿਦ ਬਣਾਓ ਮਸਜਿਦ ਬਣਾਓ ਫ੍ਰੀ ਦੇਤੀ ਹਾਂਜੀ ਮਸਜਿਦ ਬਣਾਓ ਇੰਨਾ ਭਾਈਚਾਰਾ ਇੰਨਾ ਭਾਈਚਾਰਾ ਸੀ ਸਾਡਾ ਬੜੀ ਗੱਲ ਤੇ ਬੜਾ ਪਿਆਰ ਮੁਹੱਬਤ ਸੀ ਉਹਨਾਂ ਦੇ ਨਾਲ ਹੁਣ ਤੱਕ ਮੁਹੱਬਤ ਪਿਆਰ ਹੈ ਅਸੀਂ ਗੱਲ ਉਹਨਾਂ ਦੀ ਸੁਣ ਲੈਂਦੇ ਆ ਤੇ ਸਾਨੂੰ ਖੁਸ਼ੀ ਹੁੰਦੀ ਹੈ ਉਹਨਾਂ ਦੇ ਦਿਲ ਵਿੱਚ ਹੀ ਪਿਆਰ ਹੈ ਸਾਡੇ ਦਿਲ ਵਿੱਚ ਵੀ ਪਿਆਰ ਹੈ ਬੜਾ ਪਿਆਰ ਮੁਹੱਬਤ ਹੈ ਉਹਨਾਂ ਦਾ ਜਿਹੜੇ ਖਾਤੇ ਨੂੰ ਗੱਲ ਕਰਦੇ ਪਏ ਉਹ ਖਾਤੇ ਹਾਂਜੀ ਹਾਂ ਖਾਤ ਜਿਹੜਾ ਹੈ ਉਹ ਜਿਸ ਵਕਤ ਸਾਨੂੰ ਮਿਲਿਆ ਮੇਰੇ ਵਾਲਦ ਸਾਹਿਬ ਨੂੰ ਮਿਲਿਆ ਅੱਛਾ ਤੇ ਮੇਰੇ ਵਾਲਦ ਸਾਹਿਬ ਉਸ ਵਕਤ ਜਿਸ ਵਕਤ ਗਏ ਉਦੋਂ ਮਿਲਣ ਵਾਸਤੇ ਉਹਨਾਂ ਨੂੰ ਤੇ ਉਹ ਕਰਪਾਲ ਸਿੰਘ ਜਿਹੜਾ ਸੀ ਨਾ ਉਹ ਚਲਾ ਗਿਆ ਸੀ ਔਰ ਬੜਾ ਅਫਸੋਸ ਹੋਇਆ ਕਿ ਮਿਲਣ ਤੋਂ ਬਗੈਰ ਹੀ ਚਲਾ ਗਿਆ ਹੈ ਮਤਲਬ ਕਿ ਸਵੇਰ ਉਹਨਾਂ ਸੁਨੇਹਾ ਭੇਜਿਆ ਸ਼ਾਮ ਨੂੰ ਬਾਈ ਚਲੇ ਗਏ ਅੱਛਾ ਜਿਸ ਵਕਤ ਨਾ ਮਿਲੇ ਤੇ ਬੜਾ ਦੁੱਖ ਆਇਆ ਔਰ ਉਹ ਜਿਹੜਾ ਮੁਲਾਕਾਤ ਨਹੀਂ ਹੋ ਸਕੀ ਨਹੀਂ ਮੁਲਾਕਾਤ ਨਾ ਹੋ ਸਕੀ ਕਿ ਉਹਨੇ
ਇਬਰਾਹਿਮ ਹਾਂਜੀ ਜਲਦੀ ਵਿੱਚ ਚਲੇ ਗਿਆ। ਇਬਰਾਹਿਮ ਨੂੰ ਖਤ ਦਿੱਤਾ, ਇਬਰਾਹਿਮ ਅਰਾਈ ਸੀ, ਉਹਨੂੰ ਖਤ ਦਿੱਤਾ ਨਾ ਕਿ ਇਹ ਮੇਰਾ ਖਤ ਜਿਹੜਾ ਨਾ ਪਹੁੰਚਾ ਦੇਵੇ ਫਕੀਰ ਮੁਹੰਮਦ ਨੂੰ। ਔਰ ਇਬਰਾਹਿਮ ਨੇ ਦੱਸਿਆ ਕਿ ਉਹ ਹੁਣ ਡਾਕਟਰ ਬਣ ਗਿਆ। ਉਹਨਾਂ ਫਿਰ ਉੱਤੇ ਲਿਖਿਆ ਕਿ ਡਾਕਟਰ ਫਕੀਰ ਮੁਹੰਮਦ ਇਹ ਖਤ ਜਿਹੜਾ ਨਾ ਪੜ੍ਹਦਿਆਂ ਸਾਰ ਹੀ ਰਜਿਸਟਰੀ ਕਰ ਦੇਵੇ, ਰਜਿਸਟਰੀ ਨਹੀਂ ਰੁਕਦੀ, ਛੁੱਟੀ ਰੁਕ ਜਾਂਦੀ ਹੈ। ਉਹਨੇ ਫਿਰ ਆਪਣੇ ਪਿਆਰ ਮੁਹੱਬਤ ਵਾਲਿਆਂ ਦੇ ਨਾਂ ਵੀ ਲਿਖ ਕੇ ਦਿੱਤੇ ਤੇ ਸਾਨੂੰ ਹੁਣ ਤੱਕ ਯਾਦ ਨੇ ਕਿ ਬੜਾ ਪਿਆਰ ਹੈ, ਬੜਾ ਮੁਹੱਬਤ ਹੈ। ਕਿਉਂਕਿ ਪਿਸ਼ਾਵਰ ਦੇ ਵਿੱਚ ਬਹੁਤ ਉੱਥੇ ਸਿੱਖ ਨੇ, ਬਹੁਤ ਪਿਆਰ ਮੁਹੱਬਤ ਵਿੱਚ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ। ਇੰਨਾ ਪਿਆਰ ਵੇਖਿਆ ਉਹਨਾਂ ਦਾ, ਮੁਹੱਬਤ ਪਿਆਰ ਵੇਖੀ ਹੈ ਉਹਨਾਂ ਜਿੱਦਾਂ। ਪਹਿਲਾਂ ਜਿਹੜੇ ਸਾਡੇ ਹਮਸਾਏ ਨੇ ਉਹਨਾਂ ਦੇ ਵੀ ਹਮਸਾਏ ਨੇ, ਪਸ਼ਤੋ ਬੋਲਦੇ ਨੇ, ਜ਼ਮਾਨ ਅੱਲਾ ਕੀ ਬਾਤ ਹੈ ਉਹਨਾਂ ਦੀ। ਹਾਂਜੀ ਬੜੀ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਨੇ। ਕਿਰਪਾਲ ਸਿੰਘ ਗਲਦਾਨ ਸਿੰਘ ਉਹਦੇ ਹੱਥ ਦੀ ਲਿਖਾਈ। ਹਾਂਜੀ ਉਹਨਾਂ ਦੇ ਹੱਥ ਦੀ ਲਿਖਾਈ ਜੇ ਇਹ ਉਰਦੂ ਚ ਲਿਖੀ ਹੋਈ। ਹਾਂਜੀ ਉਰਦੂ ਪੜ੍ਹਦਾ ਸੀ ਨਾ, ਉਹ ਛੋਟਾ ਹੋਏਗਾ ਨਾ, ਉਹਨੂੰ ਪਤਾ ਸੀ ਵੀ ਫਕੀਰ ਮੁਹੰਮਦ ਨਹੀਂ ਨਾ ਹਿੰਦੀ ਜਾਣਦਾ। ਇੱਥੇ ਖੋਲ ਰਲ ਕੇ ਪੜ੍ਹਦੇ ਰਹੇ। ਹਾਂਜੀ ਲਓ ਜੀ ਖਤ ਵੀ ਹਜੇ ਸੰਭਾਲ ਕੇ ਰੱਖਿਆ ਭਾਜੀ ਨੇ। ਹਾਂਜੀ ਇੰਨਾ ਪਿਆਰ ਹੈ ਸਿੱਖ ਸਰਦਾਰਾਂ ਨਾਲ ਆਪਣੇ ਪਿੰਡ ਦਿਆਂ ਨਾ। ਇੱਥੇ ਵਸਨੀਕਾਂ ਨੂੰ ਕਿਹਾ ਵੇਖੋ ਇਹਨਾਂ ਨੇ ਆਪਣੇ ਅੱਬੇ ਦੇ ਯਾਰ ਦਾ ਜਿਹੜਾ ਖਾਤ ਅਜੇ ਤੱਕ ਸੰਭਾਲਿਆ ਹੋਇਆ। ਇਹ ਤੁਹਾਨੂੰ ਉਮਰ ਦੇ ਵੀ ਕਿੰਨੀ ਕੁ ਹੈ ਤੇ ਜੰਮ ਬਾਹਰ ਦੇ ਨਾ, ਲੇਕਿਨ ਖਾਤ ਅਜੇ ਤੱਕ ਵੱਲੋਂ ਸੰਭਾਲਿਆ, ਖਾਤ ਉੱਤੇ ਲਿਖਿਆ ਸਾਰਾ ਉਰਦੂ ਚ ਲਿਖ ਕੇ ਉਹਨਾਂ ਆਪਣੇ ਹੱਥ ਨਾਲ, ਕਿਉਂਕਿ ਇੱਥੇ ਪੜ੍ਹਦੇ ਰਹੇ ਹੋਣਗੇ ਨਾ ਉਰਦੂ ਜਿੰਨੇ ਵੀ ਸਿੱਖ ਸਰਦਾਰ ਲੈਂਦੇ ਪੰਜਾਬ, ਉਹ ਚੜ੍ਹਦੇ ਪੰਜਾਬ ਗਏ ਨੇ। ਉਹ ਜ਼ਾਹਰੀ ਬਾਤ ਉਰਦੂ ਚੱਲਦੀ ਤਾਂ ਉਰਦੂ ਨਾਲ ਪੜ੍ਹੀ, ਉਹਨਾਂ ਨੂੰ ਉਰਦੂ ਆਉਂਦੀ, ਉਰਦੂ ਚ ਖਾਤ ਲਿਖ ਕੇ ਉਹਨਾਂ ਭੇਜਿਆ। ਠੀਕ ਹੈ ਜੀ ਪਾਲੋ ਜੇਬ ਚ। ਹਾਂ ਬੜੇ ਪਿਆਰ ਨਾਲ ਲਿਖਿਆ ਜੀ। ਅਸੀਂ ਵੀ ਬਸਿੰਦੇ ਆ ਦੋਸਤ। ਬਾਅਦ ਜਿਹੜੇ ਤੁਹਾਡੇ ਫਿਰ ਇੱਥੇ ਆਏ ਆਪਣੇ ਸਰਦਾਰ ਕੋਈ ਬਾਅਦ ਚ? ਉਹ ਫਿਰ ਦਾਨ ਸਿੰਘ ਗਰੀ ਨਹੀਂ ਆਏ। ਅੱਛਾ ਅੱਛਾ। ਹਾਂ ਕਿਰਪਾਲ ਸਿੰਘ ਗਰੀ ਨਹੀਂ ਆਇਆ। ਕਿਰਪਾਲ ਸਿੰਘ ਤੇ ਉਦੋਂ ਸਿਰਫ ਮੁਲਾਕਾਤ ਕਰਨਾ ਚਾਹੁੰਦਾ ਸੀ ਪਰ ਉਹ ਫਿਰ ਵਿਛੋੜਾ ਪੈ ਗਿਆ। ਅੱਛਾ ਅੱਛਾ ਅੱਛਾ। ਤੇ ਅੱਬਾ ਜੀ ਫਿਰ ਕੋਈ 3-4 ਸਾਲ ਬਾਅਦ। ਅੱਛਾ ਜਿਹਨੇ ਖਤ ਲਿਖਿਆ ਉਹਦੀ ਲਾਦ ਨਾਲ ਤੁਹਾਡਾ ਰਾਬਤਾ ਹੈਗਾ ਜਾਂ ਨਹੀਂ ਹੋਇਆ? ਨਹੀਂ ਕੋਈ ਰਾਬਤਾ ਨਹੀਂ ਹੋਇਆ, ਕਿਉਂਕਿ ਇਹ ਮੈਂ ਨਾ ਸੋਚਣਾ ਸਾ ਪਿਆ ਕਿ ਇਹ ਮੈਂ ਹੁਣ ਗਾਣੇ ਜਾ ਕੇ ਨਾ ਕਿਸੇ ਨਾਲ ਰਾਬਤਾ ਕਰਾਂ, ਕਿਉਂਕਿ ਇਹ ਖਤ ਜਿਹੜਾ ਨਾ ਇਹਦੇ ਉੱਤੇ ਲਿਖਿਆ ਤੁਹਾਡਾ ਰਾਬਤਾ ਇਨਸ਼ਾਅੱਲਾ ਹੋਏਗਾ। ਅੱਛਾ ਜੀ ਲਾਜ਼ਮ ਹੋ ਜਾਏਗਾ ਮਾਸ਼ਾਅੱਲਾ। ਅੱਛਾ ਤੁਸੀਂ ਥੋੜਾ ਦੱਸਿਆ ਕਿ ਇਹ ਤੁਹਾਨੂੰ ਖਤ ਵਿੱਚ ਉਹਨਾਂ ਲਿਖਿਆ ਕਿ ਕਿੱਥੇ ਬੈਠੇ ਨੇ ਇਸ ਟਾਈਮ ਉਹ ਇੰਡੀਆ 'ਚ? ਖਤ ਦੇ ਲਿਖਿਆ ਨਹੀਂਗਾ, ਉਹ ਹੁਣ ਇਹ ਉੱਤੇ ਪਤਾ ਲਿਖਿਆ ਹੈ। ਅੱਛਾ ਪਤਾ ਲਿਖਿਆ ਹੈ, ਜਿਹੜਾ ਪਤਾ ਲਿਖਿਆ ਪੜ੍ਹ ਕੇ ਦੱਸਣਾ। ਇਹ ਲਿਖਿਆ ਜੀ ਉਹਨਾਂ ਵੀ, ਇਹ ਜਿਹੜਾ ਯਾਤਰੀ ਕੋਨ ਹੈ ਨਾ ਸਾਡਾ, ਉਹਨਾਂ ਵੀ ਯਾਤਰੀ ਕੋਨ ਹੀ ਲਿਖਿਆ ਉੱਥੇ। ਅੱਛਾ ਯਾਤਰੀ ਕੋਨਾ ਗਾਉਂ ਰਤਕ ਰਤਕ ਸਿੰਘ ਰਤਕ ਜ਼ਿਲ੍ਹਾ ਕਰਨਾਰ ਤਹਿਸੀਲ ਅਸਲੰਦ ਤੇ ਡਾਖਾਨਾ ਪਮਲਾਣਾ। ਰਾਬਤਾ ਹੋ ਜਾਵੇ ਅੱਛੀ ਗੱਲ ਹੈ, ਕਿਉਂਕਿ ਅਸੀਂ ਇੱਕ ਦੂਜੇ ਨਾਲ ਮਿਲਦੇ ਰਹੀਏ, ਫੋਨ ਤੇ ਮਿਲਦੇ ਰਹੀਏ, ਖਤ ਖਿਤਾਬਤ ਮਿਲਦੇ ਰਹੀਏ। ਫੋਨ ਤੇ ਮੈਨੂੰ ਕਦੇ ਰਾਬਤਾ ਯਾਨੀ ਹੋ ਨਹੀਂ, ਕੋਈ ਰਾਬਤਾ ਨਹੀਂ ਹੋ ਸਕਿਆ। ਅੱਛਾ ਤੁਸੀਂ ਮੈਨੂੰ ਨੰਬਰ ਆਪਣਾ ਦੇਣਾ, ਮੈਂ ਸਕਰੀਨ ਤੇ ਵੀ ਦਾਂਗਾ ਤੁਹਾਡਾ ਰਾਬਤਾ ਹੋਏਗਾ। ਅੱਛਾ ਜੀ ਮੇਰਾ ਜ਼ੌਂਕ ਦਾ ਨੰਬਰ ਹੈ ਜੀ 0312 ਤੇ 450-85-24। ਠੀਕ ਹੋ ਗਿਆ। ਅੱਛਾ ਜੀ ਇਹਦੇ ਪਹਿਲਾਂ ਕੋਡ ਜਮਾ 92 ਲਾ ਲੈਣਾ ਜਾਂ 0092। ਠੀਕ ਹੈ ਕੰਟਰੀ ਕੋਡ ਲਾ ਕੇ ਬਾਕੀ ਇਹ ਨੰਬਰ ਜਿਹੜਾ ਭਾਜੀ ਦੱਸਿਆ ਇਹ ਮਿਲਾਓਗੇ ਫਿਰ ਮਿਲ ਜਾਏਗਾ ਵਟਸਐਪ ਤੇ ਵੀ ਤੇ ਕਾਲ ਵੀ। ਠੀਕ ਹੈ।